अस्सलामुअलैकुम नाज़रीन, मेरा नाम है मोहम्मद अजमल। और मेरा नाम है अलीसा। तो गाइज़, आज जिस सॉन्ग पे हम रिएक्शन वीडियो करने वाले हैं वो है पंजाब, जो कि पाकिस्तानी सिंगर्स ने पाकिस्तान में रहते हुए इंडियन जो किसान जो कि इस वक्त दिल्ली में एहतजाज कर रहे हैं उनके हक में गाया है। तो आई होप कि ये जो सॉन्ग उन्होंने बनाया है ये जो इंडियन किसान हैं उनके उनको सपोर्ट करेगा और इससे उनको काफ़ी सपोर्ट मिलेगी। लीजा, आप क्या कहेंगे इस बारे में? जी, बहुत अच्छा लग रहा है कि पाकिस्तानियों ने किसानों इंडियन किसानों के लिए आवाज़ उठाई है, आवाज़ बने उनकी, और मुझे तो बहुत अच्छा लग रहा है। और आगे देखें वीडियो में क्या होता है। तो चले नाज़रीन, गाना सुनते हैं तो उसके बाद आपको फिर बताते हैं कि क्या। ਉਹ ਚੜਦਾ ਸਿਆਲ ਲੈਂਦੇ ਮੌਤ ਨਾਲ ਫੇਰੇ, ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ। ਤੇ ਕਿਸਾਨ ਬੰਦਾ ਕਦੇ ਵਿਹਲਾ ਨਹੀਂ ਰਹਿੰਦਾ, ਇਹ ਗੱਲ ਘੋਲ ਕੇ ਦਿੱਲੀ ਦੇ ਕੰਨਾਂ 'ਚ ਪਾਤੀ। ਤੇ ਧਰਨੇ ਤੇ ਬੈਠੇ ਜੱਟਾਂ ਨੇ ਸੜਕਾਂ ਦੇ ਡਿਵਾਈਡਰਾਂ ਤੇ ਗੰਢਿਆਂ ਦੀ ਪਨੀਰੀ ਲਾਤੀ। ਇਹ ਉਹ ਕੌਮ ਆ ਜੋ ਨਾ ਧੱਕਾ ਕਰਦੇ ਆ ਤੇ ਨਾ ਧੱਕਾ ਜਰਦੇ ਆ। ਕਾਲ ਕੱਟ ਇਹ ਤਾਂ ਸੱਪਾਂ ਦੀਆਂ ਸਿਰੀਆਂ ਦੇ ਪੈਰ ਰੱਖ ਕੇ ਖੇਤਾਂ ਦੇ ਨੱਕੇ ਬੰਦ ਕਰਦੇ ਆ। ਰਹਿੰਦਾ ਤੇ ਚੜ੍ਹਦਾ ਪੰਜਾਬ ਇਕੱਠੇ ਨੇ, ਜਿਹੜਾ ਵੱਡਾ ਪੁਰਾਣਾ ਸਾਂਝਾ ਪੰਜਾਬ ਆ। ਪਾਈ ਸੀ ਜੋ ਵੰਡ 47 ਵੇਲੇ ਦੀ, ਰਚੀ ਪਈ ਆ ਹੱਡਾਂ ਵਿੱਚ ਚੀਸ ਬਣ ਕੇ। ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ, ਜੋ ਨਿਕਲੂਗੀ ਅੱਜ ਉਹ ਰੀਝ ਤਣ ਕੇ। ਪਈ ਸੀ ਜੋ ਵੰਡ 47 ਵੇਲੇ ਦੀ, ਰਚੀ ਪਈ ਆ ਹੱਡਾਂ ਵਿੱਚ ਚੀਸ ਬਣ ਕੇ। ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ, ਜੋ ਨਿਕਲੂਗੀ ਅੱਜ ਉਹ ਰੀਝ ਤਣ ਕੇ। ਪਹਿਲੇ ਦੀਆਂ ਲੀਕਾਂ ਹਾਲੇ ਟੱਪੀਆਂ ਨੀ ਗਈਆਂ, ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ। ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ, ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਦਾ। ਚੜਦਾ ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ, ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਦਾ। ਸਾਡਾ ਇੱਕ ਕਿਸਾਨ ਜਜ਼ਬਾਤੀ ਹੋ ਗਿਆ, ਸਾਡਾ ਇੱਕ ਕਿਸਾਨ ਜਜ਼ਬ ਪੰਜਾਲੀਆਂ ਤੇ ਪਲਦਾ ਨਾ ਹੋਇਆ, ਜੋ ਜਵਾਨ ਅੱਜ ਆਖਦੇ ਕਿਸਾਨ ਅੱਤਵਾਦੀ ਹੋ ਗਿਆ। ਆਪ ਦੇ ਖੇਤਾਂ ਦੇ ਵਿੱਚ ਸੋਚ ਕੇ ਗੁਲਾਮੀ, ਅੱਜ ਸਾਡਾ ਇੱਕ ਕਿਸਾਨ ਜਜ਼ਬਾਤੀ ਹੋ ਗਿਆ, ਸਾਡਾ ਇੱਕ ਕਿਸਾਨ ਜਜ਼ਬਾਤੀ ਹੋ ਗਿਆ। ਕਰ ਲੋ ਹਿਸਾਬ, ਹੋਣਾ ਮੁੱਲ ਹੈ ਖਰਾਬ, ਜਦੋਂ ਰਲ ਕੇ ਪੰਜਾਬ ਵਰੂ ਸੁੱਟ ਛੱਡਵਾ। ਚੜ੍ਹਦਾ ਪੰਜਾਬ ਨਹੀਂ ਉਹ ਕੱਲਾ ਸੋਚ ਲੋ, ਲੈਂਦੇ ਵੱਲੋਂ ਆਊਗਾ ਜਵਾਬ ਗੱਡਵਾ। ਚੜ੍ਹਦਾ ਪੰਜਾਬ ਨਹੀਂ ਉਹ ਕੱਲਾ ਸੋਚ ਲੋ, ਲੈਂਦੇ ਵੱਲੋਂ ਆਊਗਾ ਜਵਾਬ ਗੱਡਵਾ। ਉਹ ਖੂਨ ਖੰਨੇ ਦਾ ਵੀ ਉਹੀ ਖੂਨ, ਲੋੜ ਦਾ ਵੀ ਉਹੀ ਖੂਨ, ਲੈਲਪੁਰ ਵਾਲੇ ਲੁਧਿਆਣੇ ਬੋਲਦੇ। ਸਾਡੇ ਖੂਨ ਵਿੱਚ ਵੱਸਦਾ ਪੰਜਾਬ ਬੋਲਦਾ, ਕੀ ਚੜਦਾ ਪੰਜਾਬ ਕੀ ਆ ਲੈਂਦਾ ਵੀਰਿਆ। ਸਾਡੇ ਖੂਨ ਵਿੱਚ ਵੱਸਦਾ ਪੰਜਾਬ ਬੋਲਦਾ, ਕੀ ਚੜਦਾ ਪੰਜਾਬ ਕੀ ਆ ਲੈਂਦਾ ਵੀਰਿਆ। ਭਾਰ
ਗਿਆ ਜੱਟਾ ਜੱਟ ਲੈਂਦੇ ਵੱਲ ਦੇਵੀ ਵੀਰੇ ਕੱਬੇ ਬੜਿਆ ਵਰਤੇ ਕੋਈ ਭਾਣਾ ਕਿਤੇ ਖੁੱਲ ਜਾਣ ਹੱਦਾਂ ਅਸੀਂ ਧਰਨੇ ਤੇ ਬਹਿਣ ਨੂੰ ਤਿਆਰ ਖੜਿਆ ਪਰ ਬਾਰਡਰਾਂ ਦੇ ਹਾਕ ਹੁਣ ਪਹੁੰਚ ਗਈਆਂ ਜੱਟਾ ਜੱਟ ਲੈਂਦੇ ਵੱਲ ਦੇਵੀ ਵੀਰੇ ਕੱਬੇ ਬੜਿਆ ਵਰਤੇ ਕੋਈ ਭਾਣਾ ਕਿਤੇ ਖੁੱਲ ਜਾਣ ਹੱਦਾਂ ਅਸੀਂ ਧਰਨੇ ਤੇ ਬਹਿਣ ਨੂੰ ਤਿਆਰ ਖੜਿਆ ਕਿ ਉਹਨੇ ਉਨ੍ਹਾਂ ਦੁੱਖ ਦਰਦ ਜੋ ਹੈ ਉਹ ਮਹਿਸੂਸ ਕੀ ਹੈ ਇੰਡੀਅਨ ਕਿਸਾਨੋਂ ਕਾ ਤੋ ਉਨਕੇ ਬਾਰੇ ਮੇਂ ਲਿਖਾ ਹੈ ਔਰ ਬਿਆਨ ਕੀਆ ਹੈ ਕਾਫੀ ਚੀਜ਼ੇ ਹਮੇਂ ਇਸ ਸੇ ਪਤਾ ਚਲੀ ਹੈ ਤੋ ਲੀਜ਼ਾ ਆਪ ਕਿਆ ਕਹੇਂਗੇ ਇਸ ਬਾਰੇ ਮੇਂ ਬਹੁਤ ਅੱਛੀ ਵੀਡੀਓ ਥੀ ਔਰ ਮੁਝੇ ਤੋ ਬਹੁਤ ਖੁਸ਼ੀ ਹੋਈ ਹੈ ਕਿ ਪਾਕਿਸਤਾਨੀ ਸਿੰਗਰਸ ਨੇ ਜੋ ਹੈ ਵਹਾਂ ਪੇ ਯਹਾਂ ਪੇ ਰਹਿਤੇ ਹੋਏ ਉਧਰ ਕੇ ਫਾਰਮਰ ਜੋ ਹੈ ਕਿਸਾਨ ਉਨਕਾ ਸਾਥ ਦਿਆ ਹੈ ਔਰ ਉਨਕੋ ਸਪੋਰਟ ਕਰ ਰਹੇ ਹੈ ਆਪਣੇ ਤਰੀਕੇ ਸੇ ਔਰ ਇਹ ਵੀ ਬਹੁਤ ਹੋਤਾ ਹੈ ਕਿਸੀ ਕੇ ਲੀਏ ਕਿ ਇੱਧਰ ਸੇ ਬੈਠ ਕੇ ਸਪੋਰਟ ਕਰ ਰਹੇ ਹੈ ਉਨਕੋ ਚਲੀ ਜੀ ਆਪਕੋ ਆਪ ਦੇਖਾ ਜਾਏ ਤੋ ਜੋ ਇੰਡੀਅਨ ਜੋ ਉਧਰ ਵਾਲਾ ਪੰਜਾਬ ਹੈ ਜਾਂ ਇੱਧਰ ਵਾਲਾ ਪੰਜਾਬ ਹੈ ਤੋ ਇਨਕੀ ਤਕਰੀਬਨ ਕਾਫੀ ਚੀਜ਼ੇ ਜੋ ਹੈ ਨਾ ਵੋ ਸੇਮ ਹੈ ਠੀਕ ਹੈ ਤੋ ਮੁਝੇ ਯੇ ਸਿੰਗ ਜੋ ਗਾਣਾ ਨਹੀਂ ਹੈ ਸੁਣ ਕੇ ਐਸਾ ਲੱਗਾ ਕਿ ਲਾਈਕ ਇੱਕ ਇੱਕ ਭਾਈ ਹੋਤਾ ਹੈ ਵੋ ਅਕੇਲਾ ਨਾ ਲੜਾਈ ਕਰ ਰਿਹਾ ਆਗੇ ਵਾਲੇ ਜੋ ਵੋ 15-20 ਹੈ ਔਰ ਅਕੇਲਾ ਵੋ ਉਨਕੇ ਸਾਥ ਫਾਈਟ ਕਰ ਰਿਹਾ ਤੋ ਪਿੱਛੇ ਸੇ ਜਬ ਉਸਕਾ ਕੋਈ ਭਾਈ ਜਾਂ ਬਾਪ ਆ ਕਹਿਤਾ ਹੈ ਕਿ ਘਬਰਾਓ ਨਾ ਮੈਂ ਆ ਗਿਆ ਹੂੰ ਤੋ ਵੋ ਬੰਦੇ ਕਰੇ ਇੱਕ ਹੌਸਲਾ ਜੋ ਹੋਤਾ ਹੈ ਨਾ ਵੋ ਅਲੱਗ ਫੀਲਿੰਗ ਲਾਈਕ ਕਿ ਵੋ 15-50 ਬੰਦੇ ਵੀ ਹੋ ਨਾ ਤੋ ਉਨਕੇ ਉੱਪਰ ਭਾਰੀ ਹੋ ਜਾਤਾ ਵੋ ਕਹਿਤਾ ਹੈ ਕਿ ਅਬ ਮੈਂ ਨਹੀਂ ਛੋੜੂੰਗਾ ਤੋ ਉਮੀਦ ਕਰਤੇ ਹੈ ਨਾਜ਼ਰੀਨ ਆਪਕੋ ਯੇ ਵੀਡੀਓ ਪਸੰਦ ਆਈ ਹੋਗੀ ਤੋ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਔਰ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਸੋ ਮਚ ਫੋਰ ਵਾਚਿੰਗ